ਕੁਲਵੰਤ ਸਿੰਘ ਵਿਰਕ ਦੀ ਕਹਾਣੀ ਬੰਦ ਤਾਕੀਆਂ ਸਿਨੇਮਾ ਵੇਖ ਕੇ ਘਰ ਆਉਂਦਿਆਂ ਰਾਹ 'ਚੋਂ ਆਪਣੀ ਵਾਕਿਫ ਕੁੜੀ ਦੇ ਕਮਰੇ ਦੀ ਬਾਰੀ ਅੱਗੇ ਖਲੋ ਗਿਆ ਕੁੜੀ ਅੰਦਰ ਕੁਰਸੀ 'ਤੇ ਬੈਠੀ ਬਿਜਲੀ ਦੇ ਚਾਨਣੇ ਪੜ ਰਹੀ ਸੀ ਉਹਨਾਂ ਦੀ ਪਿਛਲੀ ਗੱਲਬਾਤ ਵਿੱਚੋਂ ਨਿੰਮੀ ਨਿੰਮੀ ਪਿਆਰ ਦਾ ਝੋਲਾ ਪੈ ਸਕਦਾ ਸੀ ਕੁਝ ਬਾਰੇ ਪਹਿਲਾਂ ਜਦੋਂ ਲੁਕਣ ਮਿੱਟੀ ਖੇਡਦੇ ਹੁੰਦੇ ਸਨ ਤਾਂ ਕੁੜੀ ਸਦਾ ਉਸੇ ਕੋਲੀ ਆ ਕੇ ਲੁਕਦੀ ਤੇ ਜਦੋਂ ਉਹਦੇ ਸਿਰ ਮਿੱਟੀ ਆਉਂਦੀ ਤਾਂ ਵੀ ਉਹ ਉਸੇ ਨੂੰ ਲੱਭਣ ਦਾ ਚਾਰਾ ਕਰਦੇ ਜਿੰਨੀ ਵੇਰ ਉਹਨਾਂ ਦੇ ਘਰ ਆਉਂਦੀ ਕੇਵਲ ਕਿਤਾਬਾਂ ਮੰਗਣ ਹੀ ਨਹੀਂ ਸੀ ਆਉਂਦੀ ਵੱਡੀਆਂ ਜਮਾਤਾਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਭਾਵੇਂ ਉਹਨਾਂ ਬਾਦਸ਼ਾਹਾਂ ਬਾਰੇ ਹੀ ਸਨ ਜਿਨ੍ਹਾਂ ਬਾਰੇ ਨਿੱਕੀਆਂ ਜਮਾਤਾਂ ਦੀਆਂ ਪਰ ਉਹਨੇ ਔਖੀ ਔਖੀਆਂ ਕਿਤਾਬਾਂ ਪੜ੍ਹ ਕੇ ਕੀ ਕਰਨੀਆਂ ਸਨ ਸਕੂਲ ਦੇ ਰੋਟੀ ਪਕਾਉਣ ਦੇ ਇਮਤਿਹਾਨ ਦੀ ਤਿਆਰੀ ਉਹਨਾਂ ਦੇ ਘਰ ਆ ਕੇ ਕਰਦੀ ਤੇ ਦੋਵੇਂ ਰਲ ਮਿਲ ਕੇ ਸਮੋਸੇ ਕੱਢਦੇ ਪੂਰੀਆਂ ਬਣਾਉਂਦੇ ਤੇ ਫਿਰ ਆਪੇ ਹੀ ਖਾ ਜਾਂਦੇ ਕਿਤਾਬ ਤੋਂ ਅੱਖ ਚੁੱਕ ਕੇ ਕੁੜੀ ਨੇ ਉਸ ਵੱਲ ਵੇਖਿਆ ਤੇ ਫਿਰ ਬਿਨਾ ਬੋਲੇ ਕਿਤਾਬ ਤੇ ਅੱਖਾਂ ਗੱਡ ਦਿੱਤੀਆਂ ਘਰ ਵਾਲੇ ਬਾਕੀ ਸਾਰੇ ਸੁੱਤੇ ਪਏ ਸਨ ਕੁੜੀ ਨਹੀਂ ਸੀ ਜਾਣਦੀ ਕਿ ਉਹ ਕੀ ਚਾਹੁੰਦਾ ਨਾ ਹੀ ਉਹਨੂੰ ਆਪ ਨੂੰ ਪਤਾ ਸੀ ਕਿ ਉਹ ਉੱਥੇ ਕਿਉਂ ਖੜਾ ਹੋ ਗਿਆ ਸੀ ਸ਼ਾਇਦ ਕੁੜੀ ਦੇ ਮੁਸਕਰਾਉਣ ਨਾਲ ਹੀ ਉਹ ਤੋਂ ਟੁਰ ਜਾਂਦਾ ਪਰ ਕੁੜੀ ਤੇ ਇਸ ਤਰ੍ਹਾਂ ਸੀ ਜਿਵੇਂ ਉਹਨੇ ਕਦੀ ਉਹਨੂੰ ਵੇਖਿਆ ਹੀ ਨਹੀਂ ਸੀ ਜੋ ਰੱਖੀ ਕੁੜੀ ਨੇ ਫੇਰ ਉਸ ਵੱਲ ਵੇਖਿਆ ਉੱਥੇ ਖੜੁੱਤਾ ਸੀ ਕੁਛੇ ਪਿਛੋਂ ਉੱਠੀ ਤੇ ਸਜੇ ਸਜੇ ਉਸ ਬਾਰੀ ਦੀਆਂ ਤਾਕੀਆਂ ਬੰਦ ਕਰ ਦਿੱਤੀਆਂ ਉਥੇ ਖੜੇ ਹੋਣ ਦਾ ਹੁਣ ਕੋਈ ਫਾਇਦਾ ਨਹੀਂ ਸੀ ਕੁੜੀ ਨੂੰ ਦਿਖਤੀ ਨਹੀਂ ਸੀ ਤੇ ਨਾ ਹੀ ਉਹਨੂੰ ਵੇਖ ਸਕਦੀ ਸੀ ਹੌਲੀ ਪੈਰੀ ਉਹ ਆਪਣੇ ਘਰ ਟਰ ਗਿਆ ਕਿਸੇ ਦੇ ਘਰ ਪਰੌਣੇ ਜਾਣਾ ਕਿੰਡੀ ਚੰਗੀ ਗੱਲ ਏ ਸਾਰੇ ਪਿਆਰ ਕਰਦੇ ਨੇ ਤੇ ਨਾਲ ਹੀ ਇੰਨੀਆਂ ਗੱਲਾਂ ਆ ਜਾਂਦੀਆਂ ਨੇ ਉਹਨਾਂ ਦੀ ਕੁੜੀ ਨੂੰ ਅੰਗਰੇਜ਼ੀ ਚ ਕਵਿਤਾਵਾਂ ਪੜ੍ਹਾਉਂਦਾ ਤੇ ਕੁੜੀ ਉਸ ਨਾਲ ਗੱਲਾਂ ਕਰਕੇ ਬੜੀ ਖੁਸ਼ ਹੁੰਦੀ ਉਹਨੂੰ ਪਹਿਲਾਂ ਕਦੀ ਕੋਈ ਐਸਾ ਮੁੰਡਾ ਨਹੀਂ ਸੀ ਮਿਲਿਆ ਜਿਦੀਆਂ ਅੱਖਾਂ ਅੱਗੋਂ ਦੁਨੀਆ ਦਾ ਇੰਨਾ ਹਿੱਸਾ ਲੰਘਿਆ ਹੋਵੇ ਤੇ ਜੋ ਹਰ ਵਿਸ਼ੇ ਤੇ ਏਡੀਆਂ ਸਵਾਦ ਲੀਆਂ ਗੱਲਾਂ ਸੁਣਾ ਸਕਦਾ ਹੋਵੇ ਉਹ ਕੰਟਿਆਂ ਵੱਧੀ ਇੱਕੋ ਨਜ਼ਮ ਤੇ ਹੀ ਲੱਗੇ ਰਹਿੰਦੇ ਜ਼ਰਾਇਤ ਦੇ ਵਿਭਾਗ ਵੱਲੋਂ ਫਰੂਟ ਸ਼ੋਅ ਵੇਖਣ ਦਾ ਸੱਦਾ ਆਇਆ ਹੋਇਆ ਸੀ ਮੈਂ ਨਹੀਂ ਜਾ ਸਕਦੀ ਉਹਦੀ ਮਾਂ ਨੇ ਕਿਹਾ ਤੁਸੀਂ ਦੋਵੇਂ ਕਾਰ 'ਚ ਚਲੇ ਜਾਓ ਤੇ ਭੋਲੀ ਨੂੰ ਵੀ ਨਾਲ ਲੈ ਜਾਓ ਭੋਲੀ ਉਹਦੀ ਨਿੱਕੀ ਜੀ ਭੈਣ ਸੀ ਪਹਿਲਾਂ ਕਾਰ 'ਚ ਉਹ ਆ ਬੈਠ ਗਿਆ ਫਿਰ ਉਹ ਕੁੜੀ ਤੇ ਜਦੋਂ ਭੋਲੀ ਕਾਰ ਦੇ ਬੂਹੇ ਅੱਗੇ ਆ ਖਲੋਤੀ ਤਾਂ ਉਸ ਕੁੜੀ ਨੇ ਬੈਠੀ ਬੈਠੀ ਉਹਨੂੰ ਚੁੱਕ ਕੇ ਆਪਣੇ ਤੇ ਉਹਦੇ ਵਿੱਚ ਘਾਰ ਰੱਖ ਦਿੱਤਾ ਜਿਸ ਤਰ੍ਹਾਂ ਮਕਾਨ ਚ ਬਿਜਲੀ ਲਾਉਣ ਵਾਲੇ ਦੋ ਤਾਰਾਂ ਦੇ ਵਿੱਚ ਘਾਰ ਲੱਕੜ ਠਿਗਾ ਦਿੰਦੇ ਆ ਮੁੰਡਿਆਂ ਕੁੜੀਆਂ ਦੇ ਸਾਂਝੇ ਕਾਲਜ ਚ ਪੜਦੇ ਆ ਉਹਦੀ ਸਿਆਸਤ ਵਿੱਚ ਦੂਜੇ ਮੁੰਡਿਆਂ ਨਾਲੋਂ ਵਧੇਰੇ ਦਿਲਚਸਪੀ ਸੀ ਤੇ ਇਸ ਕੰਮ ਚ ਉਹਦੀ ਜਮਾਤ ਦੀ ਇੱਕ ਕੁੜੀ ਉਹਦੀ ਸਾਥਣ ਸੀ ਲਾਹੌਰ ਵਰਗੀ ਥਾਂ ਤੇ ਸਿਆਸੀ ਰੁਝੇਵਿਆਂ ਦਾ ਕੁਝ ਘਾਟਾ ਨਹੀਂ ਸੀ ਰੋਜ਼ ਉਸ ਕੁੜੀ ਨਾਲ ਕੋਈ ਨਾ ਕੋਈ ਸਲਾਹ ਕਰਨੀ ਹੁੰਦੀ ਕਿਸੇ ਲੀਡਰ ਦੇ ਸਵਾਗਤ ਕਰਨ ਬਾਰੇ ਕਿਸੇ ਜਲਸੇ ਤੇ ਆਪ ਜਾਣ ਤੇ ਹੋਰ ਮੁੰਡਿਆਂ ਨੂੰ ਪ੍ਰੇਰਣ ਬਾਰੇ ਕਿਸੇ ਜਲੂਸ ਦੀ ਰੌਣਕ ਵਧਾਉਣ ਬਾਰੇ ਕਾਲਜ ਇਕੱਠੇ ਫਿਰਦੇ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ ਲੀਡਰਾਂ ਦੀਆਂ ਤਕਰੀਰਾਂ ਬਾਰੇ ਉਹਨਾਂ ਦੇ ਦੂਜੇ ਲੀਡਰਾਂ ਦੇ ਸਾਂਝੇ ਨੁਕਤੇਆਂ ਬਾਰੇ ਉਹਨਾਂ ਦੀ ਪ੍ਰਾਈਵੇਟ ਜ਼ਿੰਦਗੀ ਬਾਰੇ ਉਹਨਾਂ ਦੇ ਛੱਪੇ ਬਿਆਨਾਂ ਬਾਰੇ ਉਹਨਾਂ ਉੱਤੇ ਲਿਖੇ ਗਏ ਲੇਖਾਂ ਬਾਰੇ ਜਦੋਂ ਉਹਨੂੰ ਨਾਲ ਲਈ ਉਹ ਕਾਲਜ ਦੀ ਲਾਇਬ੍ਰੇਰੀ 'ਚ ਜਾਂਦਾ ਸਾਰੇ ਮੁੰਡੇ ਅਖਬਾਰਾਂ ਰਸਾਲਿਆਂ ਤੋਂ ਅੱਖਾਂ ਚੁੱਕ ਕੇ ਚੋਰੀ ਉਹਨਾਂ ਵੱਲ ਵੇਖਦੇ ਬੈਡਮਿੰਟਨ ਦੀ ਖੇਡ ਵਿੱਚੋਂ ਕਾਲਜ ਦੀਆਂ ਗਰਾਊਂਡਾਂ ਦੀ ਇੱਕ ਗੁੱਟ ਓ ਉਹਦਾ ਇੱਕ ਦੋਸਤ ਤੇ ਉਹ ਕੁੜੀ ਬੈਠੇ ਗੱਲਾਂ ਕਰ ਰਹੇ ਸਨ ਉਹ ਆਪ ਘੱਟ ਬੋਲ ਰਿਹਾ ਸੀ ਜਦੋਂ ਆਪ ਨੂੰ ਕਿਸੇ ਦੇ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਦੂਜੇ ਨੂੰ ਉਸ ਪਿਆਰ ਲਈ ਤਰਲੇ ਲੈਂਦੀਆਂ ਵੇਖ ਕੇ ਬੜਾ ਸਵਾਦ ਆਉਂਦਾ ਹੈ ਖੇਡਣ ਕਰਕੇ ਉਹਨੂੰ ਤਰੇਹ ਲੱਗੀ ਹੋਈ ਸੀ ਉਹ ਆਪ ਟੱਕ ਸ਼ਾਪ ਤੇ ਪਾਣੀ ਕਹਿਣ ਚਲਾ ਗਿਆ ਗਰਾਊਂਡ ਦੀਵਾਲੇ ਦੀ ਵਾਰੋਂ ਲਿਓ ਜਦੋਂ ਉਹਨਾਂ ਕੋਲ ਵਾਪਸ ਆਇਆ ਤਾਂ ਮੁੰਡਾ ਕੁੜੀ ਇੱਕਦਮ ਚੁੱਪ ਕਰ ਗਏ। ਉਹਨੂੰ ਵਿਸ਼ਵਾਸ ਸੀ ਕਿ ਉਹਨਾ ਉਸ ਤੋਂ ਲੁਕਾਉਣ ਲਈ ਗੱਲ ਅੱਧ ਵਿੱਚ ਟੁਕ ਲਈ ਹੈ। ਅੱਧੀ ਇੱਕ ਗੱਲ ਉਹਨੂੰ ਹਵਾ 'ਚ ਲਟਕੀ ਹੋਈ ਦਿਖਦੀ ਪਈ ਸੀ। ਉਹਦੇ ਇੱਕ ਪੱਕੇ ਦੋਸਤ ਦਾ ਵਿਆਹ ਹੋ ਗਿਆ ਸੀ। ਇਹੋ ਜੀ ਦੋਸਤ ਦੀ ਵਾਹਟੀ 'ਚ ਉਹ ਆਪਣਾ ਵੀ ਕੁਝ ਹਿੱਸਾ ਸਮਝਦਾ ਸੀ। ਪਿਆਰ ਵੰਡਿਆਂ ਕੋਈ ਘੱਟ ਥੋੜਾ ਜਾਂਦਾ ਹੈ। ਯਾਤੂ ਕਈ ਮਹੀਨੇ ਪਿਛੋਂ ਚਾਈ ਚਾਈ ਉਹਨਾਂ ਦੇ ਘਰ ਗਿਆ ਆਉ ਭਗਤ ਉਮੀਦ ਤੋਂ ਵਿਵਾਦ ਸੀ ਉਹਨਾਂ ਦੇ ਘਰ ਨੂੰ ਆਪਣਾ ਘਰ ਸਮਝਦਾ ਸੀ ਤੇ ਉਹਨਾਂ ਦੀਆਂ ਚੀਜ਼ਾਂ ਨੂੰ ਆਪਣੀਆਂ ਚੀਜ਼ਾਂ ਕਿੰਨਾ ਚਿਰ ਉਹ ਆਪਣੇ ਦੋਸਤੀ ਵਾਟੀ ਨਾਲ ਗੱਲਾਂ ਕਰਦਾ ਰਿਹਾ ਵਾਟੀ ਦੋਹਾਂ ਦੋਸਤਾਂ ਦੇ ਡੂੰਘੇ ਪਿਆਰ ਤੋਂ ਅਣਜਾਣ ਨਹੀਂ ਸੀ ਇਸ ਤਰ੍ਹਾਂ ਜਾਪਦਾ ਸੀ ਜਿਸ ਤਰ੍ਹਾਂ ਉਹਨੇ ਆਪਣੇ ਦਿਲ ਵਿੱਚ ਆਪਣੇ ਪਤੀ ਦੇ ਦੋਸਤ ਲਈ ਢੇਰ ਸਾਰੀ ਥਾਂ ਰੱਖੀ ਹੋਈ ਹੈ ਰਾਤ ਨੂੰ ਉਹ ਤਿੰਨੇ ਕੋਲ ਕੋਲ ਆਪਣੀਆਂ ਮੰਜੀਆਂ ਤੇ ਪਏ ਸਨ ਸੁਣਾਓ ਕੁਛ ਯਾਰੀ ਦਾ ਮੁੱਢ ਵੱਜ ਗਿਆ ਹੈ ਕਿ ਨਹੀਂ ਉਹਦੇ ਦੋਸਤ ਨੇ ਮੁਖਾਲ ਨਾਲ ਪੁੱਛਿਆ ਮੁੱਢ ਵੱਜ ਕੇ ਸਗੋਂ ਤੋਂ ਕੁਝ ਹੋਰ ਦੋ ਵਾਰ ਵੀ ਆ ਗਏ ਨੇ ਇਹਨਾਂ ਮੈਨੂੰ ਇੱਕ ਬੜੇ ਪਿਆਰ ਦੀ ਗੱਲ ਆਖੀਏ ਕੀ ਗੱਲ ਮੈਂ ਨਹੀਂ ਦੱਸਦਾ ਅੱਛਾ ਭਈ ਕਰੋ ਗੱਲਾਂ ਮੈਂ ਤੀਸਰੇ ਆਦਮੀ ਤੋਂ ਪੁੱਛ ਕੇ ਕੀ ਲੈਣਾ ਦੋਸਤ ਨੇ ਹੱਸ ਕੇ ਗੱਲ ਖਤਮ ਕੀਤੀ ਤੀਸਰੇ ਆਦਮੀ ਇਹੀ ਹਨ ਉਹਦੀ ਬੋਟੀ ਨੇ ਫੈਸਲਾ ਦਿੱਤਾ ਤੇ ਪਿਆਰ ਨਾਲ ਆਪਣੇ ਪਤੀ ਦਾ ਹੱਥ ਚੁੰਮ ਲਿਆ ਉਹਦੀ ਸਹੇਲੀ ਕੁੜੀ ਦਾ ਵਿਆਹ ਹੋ ਗਿਆ ਸੀ ਪਰ ਇਹਦਾ ਕੀ ਹਰਜ ਸੀ ਕੁੜੀਆਂ ਕੇਵਲ ਵਿਆਹਣ ਵਾਸਤੇ ਨਹੀਂ ਹੁੰਦੀਆਂ ਕੁੜੀ ਤੇ ਅਜੇ ਵੀ ਉਸੇ ਦੀ ਸੀ ਵਿਆਹ ਤੋਂ ਪਹਿਲਾਂ ਉਹਨਾਂ ਦਾ ਡਾਡਾ ਗੂੜ ਸੀ ਤੇ ਜਦੋਂ ਦੋਹਾਂ ਨੂੰ ਇੱਕ ਦੂਜੇ ਦੀਆਂ ਸਾਰੀਆਂ ਗੱਲਾਂ ਦਾ ਪਤਾ ਹੋਵੇ ਜਦੋਂ ਕੋਈ ਨਵੀਂ ਗੱਲ ਦੱਸਣ ਲੱਗਿਆ ਨਵੇਂ ਸਿਰੋਂ ਭੂਮਿਕਾ ਨਾ ਬਣਣੀ ਪਵੇ ਜਿੰਨੀਆਂ ਜਾਣਾਂ ਇੱਕ ਦੇ ਦਿਲ ਦਿਮਾਗ 'ਚ ਵਸਦੀਆਂ ਹੋਣ ਉਨਾਂ ਸਾਰਿਆਂ ਦੀ ਜਾਣ ਪਛਾਣ ਦੂਜੇ ਨਾਲ ਕਰਾ ਲਈ ਹੋਵੇ ਜਦੋਂ ਇੱਕ ਦੂਜੇ ਬਾਰੇ ਰਾਵਾ ਪੱਕੀਆਂ ਹੋ ਚੁੱਕੀਆਂ ਹੋਣ ਤੇ ਕਿਸੇ ਨਵੀਂ ਗੱਲ ਕਰਕੇ ਬਦਲ ਨਾ ਸਕਣ ਜਦੋਂ ਆਪਣੀਆਂ ਕਮਜ਼ੋਰੀਆਂ ਦਾ ਬਿਆਨ ਵੀ ਦੂਜੇ ਦੇ ਹਿਰਦੇ 'ਚ ਠਾਠਾ ਮਾਰ ਰੇ ਹਮਦਰਦੀ ਦੇ ਸਮੁੰਦਰ 'ਚ ਡੁੱਬ ਜਾਂਦਾ ਹੋਵੇ ਗੱਲਬਾਤ ਦਾ ਅਸਲੀ ਸੁਆਦ ਉਦੋਂ ਹੀ ਆਉਂਦਾ ਹੈ ਉਹਨੂੰ ਵਿਸ਼ਵਾਸ ਸੀ ਕਿ ਜੇ ਉਸ ਕੁੜੀ ਨੂੰ ਪਤਾ ਲੱਗ ਜਾਏ ਕਿ ਉਹਨੇ ਪੱਗ ਕਿਸ ਰੰਗ ਦੀ ਬੱਦੀ ਹੋਈ ਹੈ ਤਾਂ ਹੁਣ ਵੀ ਆਪਣੀ ਚੁੰਨੀ ਉਸੇ ਰੰਗ ਦੀ ਰੰਗਾਲਵੇ ਪਰ ਹੁਣ ਤੇ ਬੜੀ ਦੂਰ ਸੀ ਕਦੀ ਕਦੀ ਚਿੱਠੀਆਂ ਆਉਂਦੀਆਂ ਉਹਨਾਂ ਦੇ ਨਵੇਂ ਸ਼ਹਿਰ ਬਾਰੇ ਉੱਥੋਂ ਦੀ ਧਰਤੀ ਤੇ ਲੋਕਾਂ ਬਾਰੇ ਨਵੀਆਂ ਹੋਈਆਂ ਜਾਣਾ ਪਛਾਣਾ ਬਾਰੇ ਤੇ ਵਿੱਚ ਕਈ ਪੁੱਛਾਂ ਹੁੰਦੀਆਂ ਉਹ ਹੁਣ ਵੀ ਅਚਕਣ ਪਾਉਂਦਾ ਸੀ ਕਿ ਨਹੀਂ ਉਹਨਾਂ ਦੀ ਕੋਠੀ ਦੇ ਫੁੱਲ ਅਜੇ ਖਿੜੇ ਸੰ ਕਿ ਨਹੀਂ ਉਹਨਾਂ ਦਾ ਘੋੜਾ ਅਜੇ ਵੀ ਲੰਗਾਂਦਾ ਸੀ ਜਾਂ ਲੰਗਾਣੋਂ हट ਗਿਆ ਸੀ ਤੇ ਫੇਰ ਇੱਕ ਚਿੱਠੀ ਆਈ ਉਹਦੇ ਘਰ ਮੁੰਡਾ ਹੋਇਆ ਸੀ ਉਹਨੂੰ ਅਫਸੋਸ ਸੀ ਕਿ ਉਹਨੂੰ ਆਪਣਾ ਮੁੰਡਾ ਵਿਖਾਉਣ ਦੀ ਛੇਤੀ ਨਹੀਂ ਆ ਸਕਦੀ ਸੀ ਪਰ ਮੁੰਡਾ ਬਹੁਤ ਸੋਹਣਾ ਸੀ ਰੂਚੀਆਂ ਤੋਂ ਮਜਬੂਰ ਉਹ ਹੁਣ ਵੀ ਉਹਦੀ ਮੂਰਤ ਅੱਖਾਂ ਅੱਗੇ ਲਿਆਉਂਦਾ ਪਰ ਹੁਣ ਜੋ ਮੂਰਤ ਉਹਨੂੰ ਦਿੱਸਦੀ ਉਹਦੇ ਕੁਛੜ ਮੁੰਡਾ ਹੁੰਦਾ ਉਹਦਾ ਗੋਲ ਜਿਹਾ ਸਿਰ ਤੇ ਕੱਕੇ ਕੱਕੇ ਵਾਲ ਧੁੱਪ 'ਚ ਲਿਸ਼ਕ ਰਹੇ ਹੁੰਦੇ ਤੇ ਉਹਨਾਂ ਵਾਲਾਂ ਪਿੱਛੇ ਉਸ ਕੁੜੀ ਦਾ ਮੂੰਹ ਲੁੱਕ ਜਾਂਦਾ ਹਜ਼ਾਰ ਕੋਸ਼ਿਸ਼ ਕਰਨ ਤੇ ਵੀ ਉਹ ਕੁੜੀ ਦਾ ਚਿਹਰਾ ਉਹਦੇ ਮੁੰਡੇ ਦੇ ਸਿਰ ਤੋਂ ਨਿਖੇੜ ਨਾ ਸਕਦਾ ਅਖੀਰ ਖਿਜ ਕੇ ਉਸ ਕੀਮਤੀ ਤਸਵੀਰ ਨੂੰ ਖਿੰਡਾ ਦਿਨ ਦਾ ਧੰਨਵਾਦ